ਕਬੀਰ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਟੈ ਹਟ ਬਕਾਏ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਨ ਕੀਤੇ ਨੇ। ਕਬੀਰ ਸਾਹਿਬ ਜੀ ਅੰਮ੍ਰਿਤਮਈ ਬਾਣੀ ਦੇ ਅੰਦਰ ਪਾਵਨ ਸਲੋਕ ਵਿੱਚ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਨੇ ਆਵਣ ਜਾਣ ਇੱਕ ਖੇਲ ਬਣਾਇਆ, ਆਉਣ ਜਾਣ ਦਾ ਇੱਕ ਖੇਲ ਪਰਮੇਸ਼ਵਰ ਨੇ ਬਣਾਇਆ। ਅਤੇ ਖੇਡ ਆਪਾਂ ਸਮਝਦੇ ਹਾਂ ਕਿ ਜਿਹਦੇ ਵਿੱਚ ਕਿਸੇ ਦੀ ਹਾਰ ਹੁੰਦੀ ਹੈ ਔਰ ਕਿਸੇ ਦੀ ਜਿੱਤ ਹੁੰਦੀ ਹੈ। ਇਸੇ ਤਰ੍ਹਾਂ ਇਸ ਜਗਤ ਦੇ ਵਿੱਚ ਕੋਈ ਜਿੱਤ ਕੇ ਜਾਂਦਾ, ਕੋਈ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਜਾਂਦਾ। ਜਿਹੜਾ ਸੰਸਾਰ ਦੇ ਵਿੱਚ ਦੁਨਿਆਵੀ ਖੇਡਾਂ ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਟੀਮ ਜਾਂ ਕੋਈ ਖਿਡਾਰੀ ਜਿੱਤ ਕੇ ਆਏ ਤਾਂ ਕਿੰਨੀ ਖੁਸ਼ੀ ਸਾਨੂੰ ਹੁੰਦੀ ਹੈ। ਅਸੀਂ ਜਿੱਤ ਕੇ ਆਉਣ ਵਾਲੇ ਵਾਸਤੇ ਰੋਂਦੇ ਨਹੀਂ, ਅਤੇ ਜਿਹੜਾ ਹਾਰ ਜਾਏ ਉਹਦੇ ਵਾਸਤੇ ਰੋਇਆ ਜਾਂਦਾ ਵੀ ਇਹਦਾ ਕੀ ਹੋਏਗਾ, ਇੰਨੀ ਮਿਹਨਤ ਕੀਤੀ ਸਭ ਬੇਕਾਰ ਚਲੀ ਗਈ, ਹੁਣ ਦੁਬਾਰਾ ਮਿਹਨਤ ਕਰਨੀ ਪਏਗੀ, ਦੁਬਾਰਾ ਫਿਰ ਕਿ ਜਿਹੜਾ ਇਹ ਖੇਡੇਗਾ ਉਹਦੇ ਵਿੱਚ ਜਿੱਤ ਹੋਏਗੀ ਕਿ ਹਾਰ ਹੋਏਗੀ ਪਤਾ ਨਹੀਂ, ਪਰ ਇੱਕ ਆਪਣੇ ਜੀਵਨ ਦੀ ਖੇਡ ਨੂੰ ਜਿੱਤ ਚੁੱਕਾ ਹੈ। ਇਸੇ ਤਰ੍ਹਾਂ ਦੋ ਨੇ, ਇੱਕ ਮਨਮੁੱਖ ਔਰ ਇੱਕ ਗੁਰਮੁਖ। ਇੱਕ ਨੂੰ ਆਸਤਕ ਕਹਿੰਦੇ ਨੇ, ਇੱਕ ਨੂੰ ਨਾਸਤਕ। ਜਿਹੜੇ ਗੁਰਮੁਖ ਨੇ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ, ਮਨਮੁੱਖ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਜਾਂਦੇ। ਤਾਂ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲਿਆ, ਇਸ ਮਨੁੱਖਾ ਜਨਮ ਦੇ ਅੰਦਰ ਪਰਮੇਸ਼ਵਰ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਦਿਆਂ, ਜਿਨ੍ਹਾਂ ਨੇ ਆਪਣੇ ਆਪ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੁਕਤ ਕਰ ਲਿਆ, ਵਿਕਾਰਾਂ ਤੋਂ ਮੁਕਤ ਹੋ ਗਏ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਨਾਲ ਜੋੜ ਲਿਆ, ਮਨ ਚਿੱਤ ਕਰਕੇ ਇੱਕ ਹੋ ਗਏ, ਉਹ ਤਾਂ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਗਏ। ਉਹਨਾਂ ਵਾਸਤੇ ਕਾਹਦੇ ਲਈ ਰੋਣਾ? ਰੋਣਾ ਹੈ ਤਾਂ ਉਹਨਾਂ ਵਾਸਤੇ ਰੋਵੋ ਜਿਨ੍ਹਾਂ ਨੇ ਸਾਰੀ ਉਮਰ ਵਿਕਾਰਾਂ ਦੇ ਵਿੱਚ ਹੀ ਗੁਜ਼ਾਰ ਦਿੱਤੀ, ਸਾਰੀ ਜ਼ਿੰਦਗੀ ਉਹਨਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਗੁਜ਼ਰ ਗਈ। ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ ਆਇਆ ਸਫਲਤਾ ਹੂੰ ਕੋ ਗੰਨੀਐ, ਉਹਦਾ ਆਇਆ ਹੋਇਆ ਸਫਲ ਹੈ, ਜਾਸ ਰਸਨ ਹਰ ਹਰ ਜਸ ਭੰਨੀਐ, ਜਿਹਨੇ ਮਨ ਦੇ ਰਾਹੀਂ ਆਪਣੀ ਰਸਨਾ ਦੇ ਦੁਆਰਾ ਉਸ ਪਰਮੇਸ਼ਵਰ ਦੇ ਨਾਮ ਦਾ ਜਸ ਕੀਤਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭੰਨੀਐ, ਆਏ ਬਸਹਿ ਸਾਧੂ ਕੈ ਸੰਗੇ,
ਅਨੰਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾਮਹਿ ਰਾਤਾ ਜਾਂ ਕੋ ਦਇਆ ਮਯਾ ਵਿਧਾਤਾ ਇੱਕ ਹੈ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ। ਕਿਆ ਸਾਹਿਬ ਕਹਿੰਦੇ ਆਇਆ ਸਫਲਤਾਹੂ ਕੋ ਗਨੀਏ, ਅਤੇ ਜਿਹਨੂੰ ਕਹਿ ਰਹੇ ਨੇ ਕਿ ਇਹਨਾਂ ਦਾ ਆਉਣਾ ਸਫਲ ਹੋ ਗਿਆ, ਉਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹਨੇ ਆਪਣੇ ਮਨ ਨੂੰ ਚਿੱਤ ਨਾਲ ਜੋੜ ਕੇ ਸੰਤ ਰੂਪ ਸ਼ਾਂਤ ਕਰ ਲਿਆ, ਆਪਣੇ ਆਤਮਕ ਮੂਲ ਦੇ ਨਾਲ ਜੁੜ ਗਿਆ, ਉਹ ਜਦੋਂ ਸਰੀਰਕ ਤਲ 'ਤੇ ਉਹਦੀ ਮੌਤ ਹੋਵੇ ਤਾਂ ਉਹਦੇ ਵਾਸਤੇ ਰੋਣਾ ਨਹੀਂ ਚਾਹੀਦਾ। ਕਬੀਰ ਸੰਤ ਮੂਹੇ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ, ਜਿਹੜੇ ਆਪਣੇ ਨਿਰੰਕਾਰ ਦੇ ਘਰ ਦੇ ਵਿੱਚ ਸਮਾ ਗਏ, ਕਿਉਂਕਿ ਅਸੀਂ ਨਿਰੰਕਾਰ ਤੋਂ ਵਿਛੜੇ ਹੋਏ ਹਾਂ, ਜਾਂ ਜਿਹੜਾ ਮਨ ਸੰਤ ਸਰੂਪ ਹੋ ਕੇ ਆਪਣੇ ਆਤਮਕ ਮੂਲ ਨਾਲ ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ, ਮਨ ਜੋਤ ਦਾ ਸਰੂਪ ਹੈ, ਇਹਦਾ ਮਤਲਬ ਮਨ ਦਾ ਗ੍ਰਹਿ ਉਹ ਅੰਦਰ ਦੀ ਆਤਮਕ ਜੋਤ ਹੈ, ਅਤੇ ਜਿਹੜਾ ਮਨ ਦੇ ਤਲ 'ਤੇ ਉਸ ਗ੍ਰਹਿ ਵਿੱਚ ਸਮਾ ਗਿਆ ਉਹਦੇ ਵਾਸਤੇ ਰੋਣਾ ਨਹੀਂ ਚਾਹੀਦਾ। ਰੋਵੋ ਸਾਕਤ ਬਾਪਰੇ, ਕਹਿੰਦੇ ਉਸ ਵਿਚਾਰੇ ਸਾਕਤ ਲਈ ਰੋਵੋ। ਸਾਕਤ ਕੌਣ ਹੈ? ਜਿਹੜਾ ਸੰਸਾਰ ਵਿੱਚ ਨਿਰੰਕਾਰ ਨਾਲ ਨਹੀਂ ਜੁੜ ਸਕਿਆ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਦੀ ਨਹੀਂ ਨਿਕਲ ਸਕਿਆ, ਜਿਹੜਾ ਆਪਣੇ ਵਿਕਾਰ ਦੀ ਮੈਲ ਨੂੰ ਨਹੀਂ ਉਤਾਰ ਸਕਿਆ। ਰੋਵੋ ਸਾਕਤ ਬਾਪਰੇ ਜੋ ਹਟ ਹੈ ਹਾਟ ਬਿਕਾਏ, ਕਹਿੰਦੇ ਉਹਦੇ ਵਾਸਤੇ ਰੋ ਜਿਹਨੇ ਇਸ ਜਨਮ ਦੇ ਵਿੱਚ ਉਹ ਲਾਹਾ ਜ਼ਿੰਦਗੀ ਦਾ ਖੱਟਿਆ ਨਹੀਂ। ਜਿਵੇਂ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਜਿਹੜਾ ਆਪਣਾ ਮੂਲ ਗਵਾ ਗਿਆ ਉਹ ਪਤਾ ਨਹੀਂ ਅਗਲੇ ਸਮੇਂ ਵਿੱਚ ਕਿਹੜਾ ਉਹਨੂੰ ਇਹ ਹੱਟੀ ਇਹ ਸਰੀਰ ਪ੍ਰਾਪਤ ਹੋਏਗਾ, ਅੱਜ ਨਹੀਂ ਤਾਂ ਕੱਲ੍ਹ, ਪਰਲ ਨਹੀਂ ਤਾਂ ਪਰਸੋਂ, ਬਸ ਹੱਟ ਹੈ ਹੱਟ ਬਿਕਾਈ ਦੀ ਖੇਡ ਉਹਦੀ ਚੱਲਦੀ ਰਹੇਗੀ। ਨਾਲ ਹੀ ਇੱਕ ਸਲੋਕ ਅੱਗੇ ਹੋਰ ਉਚਾਰਨ ਕਰਕੇ ਦੱਸਦੇ ਨੇ ਕਿ ਸਾਕਤ ਲਈ ਕਿਉਂ ਰੋਣਾ, ਸਾਕਤ ਕੀ ਹੈ? ਕਬੀਰ ਸਾਕਤ ਐਸਾ ਹੈ, ਹੁਣ ਉਹ ਦੱਸਦੇ ਨੇ ਕਿ ਸਾਕਤ ਕਿੱਦਾਂ ਦਾ ਹੈ। ਜੈਸੀ ਲਸਣ ਕੀ ਖਾਨ, ਲਸਣ ਆਪਾਂ ਦੇਖਦੇ ਹਾਂ ਹਰ ਕੋਈ ਘਰ ਦੇ ਵਿੱਚ ਵਰਤਦਾ, ਉਹਦੀ ਇੱਕ ਸਮੈਲ ਆਉਂਦੀ ਹੈ, ਉਹਦੀ ਇੱਕ ਬੋ ਆਉਂਦੀ ਹੈ। ਖਾਨ ਦਾ ਅਰਥ ਹੈ ਜਿੱਥੇ ਲਸਣ ਨੂੰ ਸਟੋਰ ਕੀਤਾ ਜਾਂਦਾ ਹੈ। ਜਦੋਂ ਤੁਸੀਂ ਉਸ ਲਸਣ ਜਿੱਥੇ ਸਟੋਰ ਕੀਤਾ ਗਿਆ ਉੱਥੇ ਜਾਓਗੇ ਤਾਂ ਉਹਦੀ ਬਹੁਤ ਜ਼ਿਆਦਾ ਸਮੈਲ, ਉਹਦੀ ਬੋ ਜਿਹੜੀ ਹੈ ਉਹ ਤੁਹਾਨੂੰ ਆਏਗੀ। ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ, ਉਹਨੂੰ ਜਿਹੜੇ ਮਰਜ਼ੀ ਕੋਨੇ ਵਿੱਚ ਬੈਠ ਕੇ ਖਾ ਲਓ, ਪਰ ਜਿਹੜੀ ਲਸਣ ਦੀ ਸਮੈਲ ਹੈ ਉਹ ਦੂਰ ਬੈਠੇ ਹੋਏ ਜਿਹੜਾ ਖਾ ਰਿਹਾ ਉਹ ਦੂਰੋਂ ਦੱਸ ਦੇਗਾ ਕਿ ਹਾਂ ਫਲਾਣੀ ਥਾਂ 'ਤੇ ਕੋਈ ਲਸਣ ਖਾ ਰਿਹਾ। ਕਹਿੰਦੇ ਸਾਕਤ ਅੰਦਰ ਵੀ ਇਸੇ ਤਰ੍ਹਾਂ ਗੰਦਗੀ ਹੁੰਦੀ ਹੈ, ਉਹਦੇ ਅੰਦਰ ਵਿਕਾਰਾਂ ਦੀ ਬਦਬੋ ਹੁੰਦੀ ਹੈ। ਉਹ ਬਾਹਰੋਂ ਭਾਵੇਂ ਧਰਮ ਦਾ ਚੋਲਾ ਪਾ ਕੇ ਧਰਮੀ ਬਣ ਜਾਏ, ਪਰ ਜਦੋਂ ਮੁੱਖੋਂ ਬੋਲਦਾ ਤੇ ਮੁੱਖ ਆਵਤ ਤਾਂ ਕਹਿ ਦੁਰਗੰਧ, ਉਹਦੇ ਅੰਦਰੋਂ ਫਿਰ ਵਿਕਾਰਾਂ ਦੀ ਬਦਬੋ ਹੀ ਆਉਂਦੀ ਹੈ। ਬਾਹਰੋਂ ਅਸੀਂ ਜਿੰਨੇ ਮਰਜ਼ੀ ਧਰਮੀ ਹੋ ਜਾਈਏ, ਅਸਲ 'ਚ ਕਬੀਰ ਜੀ ਕਹਿੰਦੇ ਆ ਵੀ ਜੇ ਸੰਤ ਬਣਨਾ ਤਾਂ ਮਨ ਕਰਕੇ ਬਣ, ਕਿਉਂਕਿ ਮਨ ਕਰਕੇ ਜਦੋਂ ਤੂੰ ਸੰਤ ਬਣੇਗਾ ਤਾਂ ਤੇਰੇ ਅੰਦਰ ਸ਼ੁਭ ਗੁਣਾਂ ਦੀ ਖੁਸ਼ਬੋ ਜਦੋਂ ਬਣੇਗੀ ਉਹਦੇ ਨਾਲ ਤੂੰ ਆਪ ਵੀ ਮੁਕਤ ਹੋ ਸਕੇਗਾ ਔਰ ਦੂਜਿਆਂ ਨੂੰ ਵੀ ਮੁਕਤ ਕਰ ਸਕੇਗਾ।
ਦੋ ਵਿਚਾਰਾਂ ਨੇ ਇੱਕ ਜ਼ਿੰਦਗੀ ਦੀ ਬਾਜ਼ੀ ਨੂੰ ਜਿਹੜੇ ਜਿੱਤ ਕੇ ਗਏ ਉਹਨਾਂ ਲਈ ਰੋਣਾ ਨਹੀਂ, ਜਿਹੜੇ ਹਾਰ ਗਏ ਉਹਨਾਂ ਵਾਸਤੇ ਰੋਵੋ ਕਿ ਇਹ ਜੀਵਨ ਆਪਣਾ ਗਵਾ ਗਿਆ। ਵਡਮੁੱਲਾ ਜਨਮ ਮਨੁੱਖਾ ਜਨਮ ਮਿਲਿਆ ਸੀ, ਪਰ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹਨਾਂ ਦਾ ਜਨਮ ਕੌਡੀਆਂ ਦੇ ਬਦਲੇ ਚਲਾ ਜਾਂਦਾ। ਅਸੀਂ ਕੀ ਕਰਨਾ ਹੈ? ਅਸੀਂ ਗੁਰਮੁਖ ਬਣ ਕੇ ਜਨਮ ਨੂੰ ਸਵਾਰਨਾ ਹੈ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।